ਸਾਸੀ ਦੇ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਖੇਤੀਬਾੜੀ ਬਾਰੇ ਜਾਣਕਾਰੀ ਤੇ ਸੋ ਕਿਸਾਨ ਵੀਰੋ ਅੱਜ ਦੀ ਇਹ ਵੀਡੀਓ ਕਿਸੇ ਵੀ ਫਸਲ ਤੇ ਜਾਂ ਕਿਸੇ ਹੋਰ ਚੀਜ਼ ਤੇ ਨਹੀਂ ਕਿ ਇਸ ਵਿੱਚ ਤੁਹਾਨੂੰ ਸਿਰਫ ਸੁਚੇਤ ਕਰਨਾ ਹੈ ਕਿ ਜਿਹੜੇ ਸਤੰਬਰ ਮਹੀਨੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਤੇ ਹੋਰ ਕਈ ਜਗ੍ਹਾ ਤੇ ਜਾਂ ਕੇਬੀਕੇ ਦੇ ਵਿੱਚ ਖੇਤੀ ਦਿਵਸ ਮਨਾਏ ਜਾ ਰਹੇ ਹਨ ਕਿਸਾਨ ਮੇਲੇ ਲਗਾਏ ਜਾ ਰਹੇ ਆ ਕਲੱਬਾਂ ਦੇ ਵੱਲੋਂ ਕੀ ਕੀ ਕੇਬੀਕੇ ਦੇ ਵੱਲੋਂ ਇਹਨਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੱਲੋਂ ਜਿੱਥੇ ਤੁਹਾਨੂੰ ਝੋਨੇ ਦੇ ਸੀਜ਼ਨ ਦੇ ਵਿੱਚ ਜਿੰਨੀਆਂ ਆਪਣੀਆਂ ਸਮੱਸਿਆਵਾਂ ਆਉਂਦੀਆਂ ਉਹਨਾਂ ਦੇ ਬਾਰੇ ਤੁਹਾਨੂੰ ਹੱਲ ਦੱਸਿਆ ਜਾ ਰਿਹਾ ਉਹਨਾਂ ਦਾ ਤੇ ਜਾਂ ਆਉਣ ਵਾਲਾ ਜਿਹੜਾ ਹਾੜੀ ਦੀ ਸੀਜ਼ਨ ਦਾ ਸੀਜ਼ਨ ਆ ਜਿਨ੍ਹਾਂ ਵਿੱਚ ਕਣਕ ਦੀ ਕੋਈ ਨਵੀਂ ਵੈਰੈਟੀ ਆਈ ਏ ਜਾਂ ਬੀਜ ਨੂੰ ਕਿਵੇਂ ਸੋਧਣਾ ਕਿਹੜੀ ਸਪਰੇ ਨਾਲ ਸੋਧਣਾ ਕਿਵੇਂ ਬਜਾਈ ਕਰਨੀ ਪਹਿਲਾ ਪਾਣੀ ਕਦੋਂ ਲਗਾਉਣਾ ਉਸ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਉੱਥੇ ਦਿੱਤੀ ਜਾ ਰਹੀ ਆ ਤੇ ਜਿਹੜੀ ਖਾਸ ਗੱਲ ਇਸ ਵੀਡੀਓ ਵਿੱਚ ਤੁਹਾਨੂੰ ਇਹ ਨਾਲ ਸ਼ੇਅਰ ਕਰਨੀ ਹੋਈ ਹੈ ਕਿਸਾਨ ਵੀਰੋ ਕਿ ਜਿਹੜੇ ਆਉਣ ਵਾਲੀ 21-22 ਸਤੰਬਰ ਆ ਤੁਸੀਂ ਸਾਰੇ ਕਿਸਾਨ ਵੀਰ ਜਾਣਦੇ ਹੋ ਕਿ ਸਤੰਬਰ ਮਹੀਨੇ ਦੇ ਵਿੱਚ ਹਰ ਸਾਲ ਸਤੰਬਰ ਮਹੀਨੇ ਦੇ ਵਿੱਚ ਕਿਸਾਨ ਮੇਲੇ ਲਗਾਏ ਜਾ ਰਹੇ ਤੇ ਇਸ ਵਾਰ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਲੁਧਿਆਣਾ ਵਿਖੇ 21-22 ਸਤੰਬਰ ਨੂੰ ਵੀ ਇੱਕ ਕਿਸਾਨ ਮੇਲਾ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਵੱਖ-ਵੱਖ ਕੰਪਨੀਆਂ ਆਪਣੇ ਬ੍ਰਾਂਡਾਂ ਨੂੰ ਲੈ ਕੇ ਜਾਂ ਪਸ਼ੂਆਂ ਦੀ ਖਾਦ ਨੂੰ ਲੈ ਕੇ ਤੇ ਜਾਂ ਪਰਾਲੀ ਨੂੰ ਜਿਹੜਾ ਆਪਣੀ ਸਭ ਤੋਂ ਵੱਡੀ ਪ੍ਰੋਬਲਮ ਆ ਪਰਾਲੀ ਉਹਨਾਂ ਨੂੰ ਲੈ ਕੇ ਆਪਣੇ ਆਪਣੇ ਪ੍ਰੋਡਕਟ ਕਿਸਾਨਾਂ ਦਾ ਕਿਸਾਨਾਂ ਦੀ ਲੈ ਕੇ ਪਹੁੰਚਦੀ ਆ ਪਰ ਕਿਸਾਨ ਵੀਰੋ ਇੱਥੇ ਪ੍ਰੋਡਕਟ ਕਈ ਸਹੀ ਵੀ ਹੁੰਦੇ ਆ ਪਰ ਸਾਰੇ ਪ੍ਰੋਡਕਟ ਸਹੀ ਨਹੀਂ ਹੁੰਦੇ ਕਈ ਕੰਪਨੀਆਂ ਇਹ ਮੇਲਿਆਂ ਦਾ ਸਹਾਰਾ ਲੈ ਕੇ ਕਿਸਾਨਾਂ ਦੀ ਨਜਾਇਜ਼ ਲੁੱਟ ਕਰਦੇ ਆ ਤੋਂ ਕਿ ਜਿਹੜੇ ਅ ਕਿਸਾਨ ਵੀਰ ਆਪਾਂ ਸਾਰੇ ਕਿਸਾਨ ਵੀਰ ਜਲਦੀ ਗੱਲਾਂ ਦੇ ਵਿੱਚ ਆ ਜੰਨੇ ਆ ਆਪਾਂ ਨੂੰ ਆਏ ਹੁੰਦਾ ਕਿ ਆਪਣੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਪੈਸਿਆਂ ਦਾ ਕਿ ਪੈਸੇ ਤਾਂ ਆ ਹੀ ਜਾਣੇ ਆ ਤੇ ਜਿਵੇਂ ਹੁਣ ਆਉਣ ਵਾਲੀ ਫਸਲ ਆ ਆਪਣੀ ਹਾੜੀ ਦੀ ਫਸਲ ਕਣਕ ਦੀ ਫਸਲ ਆ ਕਿ ਜਿਹੜੀ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਹੁੰਦਾ ਕਿ ਪਰਾਲੀ ਆਪਾਂ ਵੇਚੀ ਵਾਉਣੀ ਆ ਤੇ ਜਦੋਂ ਆਪਾਂ ਪਰਾਲੀ ਵੇਚਵਾਂਨੇ ਜਿਸ ਦੇ ਨਾਲ ਆਪਣੀ ਕਣਕ ਸਹੀ ਤਰ੍ਹਾਂ ਉਗਦੀ ਨਹੀਂਗੀ ਜਾਉਣ ਨੂੰ ਆਰਮੀਓ ਵਰਮ ਪੈ ਜਾਂਦਾ ਜਿਹੜਾ ਫਸਲ ਦਾ ਖਰਾਬ ਕਰਦਾ ਇਸ ਲਈ ਪਰਾਲੀ ਨੂੰ ਇੱਕ ਸਹਾਰਾ ਬਣਾ ਕੇ ਪਿਛਲੇ ਸਾਲ ਵੀ ਦੇਖਿਆ ਗਿਆ ਸੀ ਕਿ ਬਹੁਤ ਸਾਰੀਆਂ ਕੰਪਨੀਆਂ ਆਪਣੇ ਪ੍ਰੋਡਕਟ ਲੈ ਕੇ ਆਉਂਦੀਆਂ ਕਿ ਇਹ ਸਾਡਾ ਪ੍ਰੋਡਕਟ ਲਓਗੀ ਇਹ 10 15 ਦਿਨਾਂ ਦੇ ਵਿੱਚ ਜੇ ਤੁਸੀਂ ਪਾਉਣੇ ਹੋ ਉੱਪਰ ਪਾਣੀ ਲਾਉਣੇ ਹੋ ਜਾਂ ਇਹ ਕਰਦੇ ਹੋਵੇਂ ਕਰਦੇ ਹੋ ਤੇ 10 15 ਦੇ ਵਿੱਚ 15 ਦਿਨਾਂ ਦੇ ਵਿੱਚ ਹੀ ਪਰਾਲੀ ਨੂੰ ਗਾਲ ਕੇ ਵਧੀਆ ਖੇਤ ਬਣਾ ਦਿੰਦਾ ਪਰ ਕਿਸਾਨ ਵੀਰੋ ਇਹੋ ਜਿਹਾ ਹਜੇ ਤੱਕ ਕੋਈ ਪ੍ਰੋਡਕਟ ਨਹੀਂ ਬਣਿਆ ਜਿਹੜਾ 10 ਜਾਂ 15 ਦਿਨਾਂ ਦੇ ਵਿੱਚ ਵਿੱਚ ਹੀ ਪਰਾਲੀ ਨੂੰ ਗਾਲ ਦੇਵੇ ਤੇ ਪਤਾ ਹੀ ਨਾ ਲੱਗੇ ਕਿ ਪਰਾਲੀ ਹੈਗੀ ਸੀ ਕਿ ਨਹੀਂ ਤੇ ਕਿਸਾਨ ਵੀਰੋ ਪਿਛਲੇ ਸਾਲ ਇਹੋ ਜੇ ਕਈ ਡੀਕੰਪੋਜ਼ਰ ਆਏ ਸੀ ਤੇ ਆ ਸਾਡਾ ਡੀਕੰਪੋਜ਼ਰ ਲੈ ਲਓ ਤੇ ਕਿਸਾਨਾਂ ਨੇ ਬਹੁਤ ਖਰੀਦਿਆ ਵੀ ਤੇ ਜਿਸ ਦਾ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਕੋਈ ਲਾਹਣ ਨਹੀਂ ਮਿਲਿਆਗਾ ਤੇ ਉਹਨਾਂ ਦੇ ਪੈਸੇ ਖਰਾਬ ਹੀ ਹੋਏ ਕਿਉਂਕਿ ਜਿੰਨਾ ਟਾਈਮ ਆਪਾਂ ਖਰੀਦਤਾ ਲੈਨੇ ਪਰ ਜੇ ਆਪਾਂ ਨੂੰ ਲਾਹ ਹੀ ਨਾ ਮਿਲੇ ਤੇ ਆਪਣੇ ਕਿਸੇ ਕੰਮ ਦੀ ਚੀਜ਼ ਨਹੀਂ ਐਸ ਲਈ ਕਿਸਾਨ ਵੀਰੋ ਚੇਤ ਰਿਆ ਕਰੋ ਇਹੋ ਜੀਆਂ ਹੋਰ ਕਈ ਫੀਡ ਵਾਲੀਆਂ ਕੰਪਨੀਆਂ ਵੀ ਆਉਂਦੀਆਂ ਕਈ ਕਹਿੰਦੇ ਆ ਕਿ ਆ ਸਾਡੀ ਫੀਡ ਪਾਓ ਇਹਦੇ ਨਾਲ ਦੁੱਧ ਇੰਨੇ ਗੁਣਾ ਵਾਜੂਗਾ ਆ ਪਾਓ ਇਹਦੇ ਨਾਲ ਫੈਟ ਇੰਨੇ ਗੁਣਾ ਵਾਜੂਗੀ ਆ ਪਾਓ ਤੁਹਾਡਾ ਪਸ਼ੂ ਜਲਦੀ ਸੂਏ ਪੈ ਜਾਇਆ ਕਰੂਗਾ ਖਾਲੀ ਨਹੀਂ ਰਹਿੰਦਾ ਆ ਕਰੋ ਉਹ ਕਰੋ ਤੇ ਬਹੁਤ ਸਾਰੀਆਂ ਕੰਪਨੀਆਂ ਇਹੋ ਜਿਹੀਆਂ ਹੁੰਦੀਆਂ ਕਿ ਆ ਸਾਡੀ ਨਵੀਂ ਕਣਕ ਦੀ ਵੈਰਾਈਟੀ ਆਈ ਜਾਂ ਛੋਲਿਆਂ ਦੀ ਆਈ ਜਾਂ ਸਰੋਂ ਦੀ ਆਈ ਜਾਂ ਇਹਦਾ ਇੰਨਾ ਝਾੜ ਆ ਕਿਸੇ ਦੀਆਂ ਗੱਲਾਂ ਦੇ ਚਾਹੋਂ ਦੀ ਲੋੜ ਨਹੀਂ ਕਿਸਾਨ ਵੀਰੋ ਜੇ ਤੁਹਾਨੂੰ ਲੱਗਦਾ ਕਿ ਇਹ ਵੈਰੈਟੀ ਹੈਗੀ ਵੀ ਆ ਤਾਂ ਤੁਸੀਂ ਉਸ ਦਾ ਥੋੜਾ ਜਿਹਾ ਬੀਜ ਲੈ ਕੇ ਇੱਕ ਸਾਲ ਕਨਾਲ ਦੋ ਕਨਾਲਾਂ ਦੇ ਵਿੱਚ ਟੈਸਟ ਕਰੋ ਤੁਹਾਨੂੰ ਲੱਗਦਾ ਕਿ ਵਧੀਆ ਅਗਲੇ ਸਾਲ ਤੁਸੀਂ ਉਸ ਦਾ ਜ਼ਿਆਦਾ ਬੀਜ ਲੈ ਕੇ ਬੀਜੋ ਪਹਿਲੇ ਸਾਲ ਜ਼ਿਆਦਾ ਪੈਸਾ ਖਰਾਬ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀਗੀ ਕਿਉਂਕਿ ਪਹਿਲੇ ਸਾਲ ਆਪਾਂ ਜਿਵੇਂ ਪਿਛਲੇ ਸਾਲ ਖਰਾਬ ਕੀਤੇ ਆ ਝੋਨੇ ਦੀ ਪ੍ਰਾਰਲੀ ਨੂੰ ਲੈ ਕੇ ਕੰਪਨੀਆਂ ਦਾ ਇੱਕ ਹਊਆ ਬਣਾਇਆ ਹੋਇਆ ਕਿ ਕਿਸਾਨਾਂ ਨੂੰ ਇਸ ਦੀ ਸਭ ਤੋਂ ਜ਼ਿਆਦਾ ਲੋੜ ਆ ਤੇ ਇਹ ਵੇਚੋ ਇਸ ਵਾਰ ਵੀ ਤੁਸੀਂ ਦੇਖੋਗੇ ਕਿ ਮੇਲੇ ਵਿੱਚ ਕਈ ਤਰ੍ਹਾਂ ਦੇ ਫੰਗੀ ਸਾਈਡ ਆਉਣਗੇ ਟ੍ਰਾਈਕੋਡਰਮਾ ਉਹ ਕੇ ਪਾਉਆ ਪਾਉ ਇਹਦੇ ਨਾਲ ਪ੍ਰਾਰਲੀ ਜ਼ਰਤੀ ਗਲ ਜੂਗੀ ਉਹ ਤੁਸੀਂ ਆਪ ਦਾ ਤਜਰਬਿਆਂ ਦੇ ਮੁਤਾਬਕ ਖਰੀਦਿਓ ਗੱਲਾਂ ਵਿੱਚ ਆ ਕੇ ਨਾ ਖਰੀਦਿਓ ਜੇ ਫੀਡਾਂ ਵਾਲੀ ਵੀ ਗੱਲ ਸਹੀ ਆ ਉਹ ਵੀ ਤੁਸੀਂ ਆਪਣੇ ਤਜਰਬੇ ਦੇ ਹਿਸਾਬ ਨਾਲ ਸਭ ਤੋਂ ਵਧੀਆ ਫੀਡ ਹੁੰਦੀ ਹੈ ਜੇ ਆਪਾਂ ਘਰ ਦੀ ਫੀਡ ਬਣਾਈਏ ਕਿਉਂਕਿ ਜਿਹੜੀਆਂ ਆ ਰੀਆਂ ਫੀਡਾਂ ਉਹਨਾਂ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਗਏ ਕਿੰਨਾ ਕੁ ਰਾਸ਼ਨ ਸਹੀ ਪਾਉਂਦੇ ਆ ਕਿੰਨਾ ਕੁ ਨਹੀਂ ਪਾਉਂਦੇਗੇ ਯੂਰੀਆ ਪਾ ਪਾ ਕੇ ਵੇਚ ਰਹੇ ਆ ਤੁਸੀਂ ਉਹ ਸਾਰਾ ਕੁਝ ਆਪਣੇ ਧਿਆਨ ਵਿੱਚ ਲੈ ਕੇ ਆਪਣੇ ਤਜਰਬੇ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਖਰੀਦਣੀਆਂ ਤੇ ਜਿਹੜੀ ਮੇਨ ਗੱਲ ਹੁੰਦੀ ਹੈ ਕਿ ਆਪਣਾ ਕੰਮ ਕੀ ਹੁੰਦਾ ਮੇਲਿਆਂ 'ਚ ਆਉਂਦਾ ਕਿਸਾਨ ਵੀਰੋ ਜਿਹੜੇ ਮੇਲੇ ਲਗਾਏ ਜਾਂਦੇ ਆ ਇਹ ਕਿਸਾਨਾਂ ਨੂੰ ਸੂਚਿਤ ਕਰਨ ਦੇ ਲਈ ਉਹਨਾਂ ਨੂੰ ਜਾਣਕਾਰੀ ਦੇਣ ਦੇ ਲਈ ਆਉਣ ਵਾਲੇ ਸੀਜ਼ਨ ਦੇ ਜਿਹੜੀਆਂ ਵੱਖ-ਵੱਖ ਫਸਲਾਂ ਹੁੰਦੀਆਂ ਉਹਨਾਂ ਦੀ ਜਾਣਕਾਰੀ ਦੇਣ ਦੇ ਲਈ ਜਾਂ ਜਿਹੜਾ ਚੱਲ ਰਿਹਾ ਸੀਜ਼ਨ ਹੁੰਦਾ ਜਿਵੇਂ ਹੁਣ ਝੋਨਾ ਚੱਲ ਰਿਹਾ ਮੱਕੀ ਚੱਲ ਰਹੀ ਆ ਤੇ ਜਾਂ ਸਬਜ਼ੀਆਂ ਉਹਨਾਂ ਦੀ ਇਹ ਜਾਣਕਾਰੀ ਦੇਣ ਦੇ ਲਈ ਜਿਵੇਂ ਹੁਣ ਝੋਨੇ ਦੇ ਵਿੱਚ ਕਾਲਾ ਤੇਲਾ ਆਪ ਨੂੰ ਪ੍ਰੋਬਲਮ ਆਉਂਦੀ ਆ ਕਿ ਸਾਡੇ ਖੇਤ ਵਿੱਚ ਕਾਲਾ ਤੇਲਾ ਆਉਂਦਾ ਅਸੀਂ ਸਿਫਾਰਿਸ਼ ਕੀਤੀਆਂ ਸਪ੍ਰੈਇਆਂ ਵੀ ਵਰਤਦੇ ਆ ਪਰ ਇਹ ਕਾਲਾ ਤੇਲਾ ਕੰਟਰੋਲ ਨਹੀਂ ਹੁੰਦਾ ਉਨਾ ਬਾਰੇ ਪੁੱਛਿਆ ਕਰੋਗੇ ਅਸੀਂ ਕਦੋਂ ਸਪਰੇਅ ਕਰੀਏ ਕਦੋਂ ਨਾ ਕਰੀਏ ਕਿੰਨੀ ਕਰੀਏ ਇਹੋ ਜਿਹੇ ਆਪਣੇ ਸਵਾਲ ਲੈ ਕੇ ਆਇਆ ਕਰੋ ਕਿ ਅਸੀਂ ਆਹ ਵੈਰੈਟੀ ਲਾਈ ਸੀਗੀ ਤੁਸੀਂ ਕਹਿੰਨੀ ਕਿ ਇੰਨਾ ਝਾੜ ਸੀਗਾ ਪਰ ਸਾਡੇ ਖੇਤ ਦੇ ਵਿੱਚ ਪਿਛਲੇ ਸਾਲ ਹੀ ਦੇਜੀ ਝਾੜ ਨਹੀਂ ਨਿਕਲੇ ਉਹਦਾ ਕਾਰਨ ਦੱਸੋ ਜਾਂ ਆਪਣੀਆਂ ਮਿੱਟੀ ਦੇ ਲਈ ਸਮੱਸਿਆਵਾਂ ਪੁੱਛਿਆ ਕਰੋ ਕਿ ਕਈ ਵੀਰਾਂ ਦੀਆਂ ਜਿਹੜੀਆਂ ਕਲਰਾਠੀਆਂ ਜ਼ਮੀਨਾਂ ਹੁੰਦੀਆਂ ਜਾਂ ਜਿੱਥੇ ਪਾਣੀ ਮਾੜਾ ਹੁੰਦਾ ਉਥੇ ਫਸਲ ਸਹੀ ਤਰੀਕੇ ਨਾਲ ਨਹੀਂ ਹੁੰਦੀ ਤੇ ਜਾਂ ਜਿੱਥੇ ਸੀਮ ਦੀ ਪ੍ਰੋਬਲਮ ਆ ਉੱਥੇ ਪੁੱਛਿਆ ਕਰੋ ਕਿ ਅਸੀਂ ਇੱਥੇ ਕਿਹੜੀ ਕਣਕ ਦੀ ਵੈਰੈਟੀ ਬੀਜ ਸਕਦੇ ਹਾਂ ਜਾਂ ਹੋਰ ਕਿਹੜੀ ਫਸਲ ਬੀਜ ਸਕਦੇ ਹਾਂ ਸਬਸਿਡੀਆਂ ਬਾਰੇ ਪੁੱਛਿਆ ਕਰੋ ਕਿ ਕਿਹੜੀ ਸਕੀਮ ਤੇ ਸਬਸਿਡੀ ਚੱਲ ਰਹੀ ਆ ਸਾਡੇ ਲਈ ਕਿਹੜੀ ਸੋਲਰ ਪੈਨਲ ਜਿਹੜਾ ਚੱਲ ਰਿਹਾ ਫੁਹਾਰਾ ਸਿੰਚਾਈ ਚੱਲ ਰਿਹਾ ਡ੍ਰਿਪ ਇਰੀਗੇਸ਼ਨ ਚੱਲ ਰਹੀ ਆ ਉਹਨਾਂ ਦੇ ਵੱਖ-ਵੱਖ ਸਬਸਿਡੀਆਂ ਬਾਰੇ ਜਾਣਕਾਰੀ ਲਿਆ ਕਰੋ ਮੇਨ ਗੱਲ ਤਾਂ ਆਪਣੀ ਇੱਥੇ ਸਿਰਫ ਜਾਣਕਾਰੀ ਇਕੱਠੀ ਕਰਨ ਆਉਣਾ ਹੀ ਆ ਜਾਂ ਤੁਸੀਂ ਰਸਾਲੇ ਲਿਆ ਕਰੋ ਮੈਗਜ਼ੀਨਾਂ ਲਿਆ ਕਰੋ ਜਿੱਥੋਂ ਆਉਣ ਵਾਲੀਆਂ ਫਸਲਾਂ ਦੇ ਬਾਰੇ ਜਾਂ ਪ੍ਰੋਗਰੈਸਿਵ ਫਾਰਮਰਾਂ ਨੂੰ ਮਿਲਿਆ ਕਰੋ ਜਿਹੜੇ ਘੱਟ ਸਮੇਂ ਵਿੱਚ ਘੱਟ ਜ਼ਮੀਨ ਤੋਂ ਜ਼ਿਆਦਾ ਫਸਲੀ ਚੱਕਰ ਦੇ ਨਾਲ ਜ਼ਿਆਦਾ ਪੈਸਾ ਕਮਾ ਰਹੇ ਆ ਮਨਾਫਾ ਕਮਾ ਰਹੇ ਆ 19 ਜ਼ਮੀਨ ਦੇ ਵਿੱਚੋਂ ਜਿਹਨੀਆਂ ਤੁਹਾਡੇ ਕੋਲ ਆ 19 ਜ਼ਮੀਨ ਦੇ ਵਿੱਚੋਂ ਤੁਹਾਡੇ ਨਾਲ ਦੁੱਗਣੀ ਇਨਕਮ ਕਮਾ ਰਹੇ ਆ ਐਹੋ ਜੀਆਂ ਚੀਜ਼ਾਂ ਦੇ ਬਾਰੇ ਪੁੱਛਿਆ ਕਰੋ ਜਾਂ ਤੁਸੀਂ ਟ੍ਰੇਨਿੰਗਾਂ ਬਾਰੇ ਪੁੱਛਿਆ ਕਰੋ ਕਿ ਸਾਨੂੰ ਟ੍ਰੇਨਿੰਗ ਕਦੋਂ ਮਿਲੇਗੀ ਅਸੀਂ ਆਹ ਚੀਜ਼ ਦੀ ਟ੍ਰੇਨਿੰਗ ਲੈਣੀ ਆ ਪਸ਼ੂ ਧਨ ਬਾਰੇ ਪੁੱਛਿਆ ਕਰੋ ਡੇਰੀ ਫਾਰਮ ਬਾਰੇ ਪੁੱਛਿਆ ਕਰੋ ਇਹੋ ਜੀਆਂ ਜਾਣਕਾਰੀ ਇਕੱਠੀ ਕਰਿਆ ਕਰੋ। ਜੀਆਂ ਜਿਹੜੀ ਮੇਨ ਗੱਲ ਆ ਕਿ ਜਿੰਨੀਆਂ ਵੀ ਉन्नत ਕਿਸਮਾਂ ਹੁਣ ਤੱਕ ਸਭ ਤੋਂ ਵੱਧ ਚਾਰ ਦੇਣ ਵਾਲੀਆਂ ਯੂਨੀਵਰਸਿਟੀ ਵੱਲੋਂ ਮੁਹੱਈਆ ਕਰਵਾਈਆਂ ਕਰਵਾਇਆ ਜਾ ਰਿਹਾ ਬੀਜ ਉਹ ਬੀਜ ਤੁਸੀਂ ਖਰੀਦਿਆ ਕਰੋ। ਉਹਨਾਂ ਤੇ ਟੈਗ ਵੀ ਹੁੰਦਾ ਕਿ ਇਹ ਬੀਜ ਫਾਊਂਡੇਸ਼ਨ ਸੀਡ ਆ, ਬਰੀਡਰ ਸੀਡ ਆ ਜਾਂ ਸਰਟੀਫਾਈਡ ਸੀਡ ਆ। ਉਹ ਤੁਸੀਂ ਖਰੀਦਿਆ ਕਰੋ। ਨਾਲ ਬਿੱਲ ਵੀ ਤੁਹਾਨੂੰ ਪੱਕਾ ਮਿਲੇਗਾ। ਪਰ ਜਿਹੜੇ ਤੁਸੀਂ ਪ੍ਰਾਈਵੇਟ ਕੰਪਨੀਆਂ ਦੇ ਇੱਥੇ ਦੁਕਾਨਾਂ ਲੱਗੀਆਂ ਹੁੰਦੀਆਂ ਉਹ ਸਾਰੇ ਪਹਿਲੇ ਦੇਖੇ ਇਥੇ ਦੁਕਾਨਾਂ ਲੱਗੀਆਂ ਹੁੰਦੀਆਂ ਤੇ ਉਹਨਾਂ ਵੱਲੋਂ ਤੁਹਾਨੂੰ ਬੀਜ ਮੁਹੱਈਆ ਕਰਵਾਏ ਜਾ ਰਹੇ ਆ ਤੇ ਕੋਈ ਉਹਨਾਂ ਦੀ ਕਈ ਵਾਰ ਗਰੰਟੀ ਵੀ ਨਹੀਂ ਹੁੰਦੀ ਕਿ ਕੁਝ ਹੋਊਗਾ ਵੀ ਕਿ ਨਹੀਂ ਮਿਕਸਚਰ ਹੀ ਹੋਵੇ ਕਈ ਵਾਰ ਕੋਈ ਪਤਾ ਨਹੀਂ ਲੱਗਦਾ ਹੈਗਾ ਤੇ ਉਹਨਾਂ ਦੇ ਚਾਂਸਿਆਂ ਵਿੱਚ ਆ ਕੇ ਆਪਣਾ ਪੈਸਾ ਨਾ ਬਰਬਾਦ ਕਰੋ ਜੇ ਤੁਹਾਨੂੰ ਲੱਗਦਾ ਵੀ ਆ ਕਿ ਇਹ ਬੀਜ ਵਧੀਆ ਤਾਂ ਇੱਕ ਸਾਲ ਉਹਨੂੰ ਲੈ ਕੇ ਜਾਓ ਥੋੜੇ ਜਿਹੇ ਏਰੀਏ ਦੇ ਵਿੱਚ ਲਾ ਕੇ ਵੇਖੋ ਕਨਾਲ ਤੋਂ ਕਨਾਲਾਂ ਦੇ ਵਿੱਚ ਵਧੀਆ ਲੱਗਿਆ ਉਹਦਾ ਵਧੀਆ ਝਾੜ ਆਇਆ ਤਾਂ ਉਹਨੂੰ ਅਗਲੇ ਸਾਲ ਤੁਸੀਂ ਬੀਜੋ ਤੇ ਬਾਕੀ ਜਿੰਨੇ ਵੀ ਤੇ ਟਰੈਕਟਰ ਆਉਂਦੀਆਂ ਨਵੇਂ ਕੰਬਾਈਨਸ ਆਉਂਦੀਆਂ ਜਾਂ ਹੋਰ ਸੰਦ ਆਉਂਦੇ ਆ ਖੇਤੀਬਾੜੀ ਨਾਲ ਸੰਬੰਧਿਤ ਉਹਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਆ ਪਰ ਕਿਸਾਨ ਵੀਰੋ ਹਰ ਸਾਲ ਨਵੇਂ ਤੋਂ ਨਵਾਂ ਸੰਦ ਕੰਪਨੀਆਂ ਵਾਲੇ ਲੈ ਕੇ ਆ ਰਹੇ ਆ ਆਪਣੇ ਕਿਸਾਨਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਆਪਾਂ ਹਰ ਸਾਲ ਨਵਾਂ ਸੰਦ ਖਰੀਦ ਲਈਏ ਜਿਵੇਂ ਪਿਛਲੇ ਸਾਲ ਜੀਰੋ ਟਰਿਲ ਡ੍ਰਿਲ ਆਈ ਜਾਂ ਹੋਰ ਕਈ ਮਸ਼ੀਨਾਂ ਆਉਂਦੀਆਂ ਜਾਂ ਪਰਾਲੀ ਨੂੰ ਕੁਤਰ ਕੇ ਵਿੱਚੇ ਵਾਉਣ ਵਾਲੀਆਂ ਮਸ਼ੀਨਾਂ ਆਉਂਦੀਆਂ ਪਿਛਲੇ ਸਾਲ ਵੀ ਕਈ ਕਿਸਾਨਾਂ ਨੇ ਲੰਗਾ ਹੋਣੀਆਂ ਸਬਸਿਡੀ ਵੀ ਦਿੱਤੀ ਹੋਣੀ ਆ ਪਰ ਹਰ ਸਾਲ ਆਪਾਂ ਨਵਾਂ ਸੰਦ ਲਈਏ ਇਹ ਆਪਣੇ ਕੋਲੇ ਇੰਨਾ ਪੈਸਾ ਨਹੀਂ ਹੁੰਦਾਗਾ ਹੋਰ ਬਾਕੀ ਜਿਹੜੀ ਮੇਨ ਗੱਲ ਆ ਉਹ ਸਪਰੇਅ ਟੈਕਨੋਲੋਜੀ ਤੇ ਧਿਆਨ ਦੇਣ ਵਾਲੀ ਗੱਲ ਆ ਕਿ ਆਪਾਂ ਨੂੰ ਸਪਰੇਅ ਆਪਾਂ ਸਾਰੀ ਕਰਦੇ ਆਂ ਤੇ ਪਰ ਜਿਹੜੀ ਆਪਾਂ ਨੂੰ ਸਹੀ ਸਪਰੇਅ ਟੈਕਨੋਲੋਜੀ ਹੁੰਦੀ ਆ ਉਸ ਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਇਸ ਲਈ ਖਸਾਨ ਮੇਲੇ ਦੇ ਵਿੱਚ ਇਹ ਵੀ ਬਹੁਤ ਵਧੀਆ ਕਿ ਇੱਥੇ ਸਾਰੇ ਤਰ੍ਹਾਂ ਦੇ ਜਿੰਨੇ ਵੀ ਪੰਪ ਹੁੰਦੇ ਆ ਪਿੱਠੂ ਪੰਪ ਹੋ ਗਿਆ ਪ੍ਰੈਸ਼ਰ ਵਾਲਾ ਪੰਪ ਹੋ ਗਿਆ ਟਰੈਕਟਰ ਵਾਲਾ ਪੰਪ ਹੋ ਗਿਆ ਸਾਰੇ ਪੰਪ ਇੱਥੇ ਹੁੰਦੇ ਆ ਤੇ ਵੱਖ-ਵੱਖ ਨੋਜ਼ਲਾਂ ਵੀ ਹੁੰਦੀਆਂ ਲਾਂਸ ਹੁੰਦੀ ਹੈ ਜਿਹੜੀ ਆਪਾਂ ਹੱਥੀਂ ਫੜਦੇ ਹਾਂ ਉਸ ਤੇ ਇੱਕ ਇਹ ਤੇ ਚਾਰ ਵੀ ਹੁੰਦੀਆਂ ਕਿਤੇ ਅੱਠ ਵੀ ਹੁੰਦੀਆਂ ਨੋਜ਼ਲਾਂ ਜਿਹੜੀਆਂ ਸਪਰੇਅ ਦਾ ਪਾਣੀ ਬਾਹਰ ਕੱਢਦੀਆਂ ਇਹੋ ਜੀਆਂ ਚੀਜ਼ਾਂ ਤੁਸੀਂ ਖਰੀਦਿਆ ਕਰੋ ਜਿਹਦੇ ਨਾਲ ਤੁਹਾਡਾ ਖਰਚਾ ਵੀ ਬਚੇ ਤੇ ਸਪਰੇਅ ਵੀ ਜਲਦੀ ਹੋ ਜਾਵੇ ਇਹੋ ਜੀਆਂ ਚੀਜ਼ਾਂ ਬਾਰੇ ਧਿਆਨ ਦਿਆ ਕਰੋ ਜਿਹੜੀਆਂ ਇੱਥੇ ਮਸ਼ਹੂਰੀ ਕਰਨ ਵਾਲੀਆਂ ਕੰਪਨੀਆਂ ਆਉਂਦੀਆਂ ਫੀਡ ਵਾਲੀਆਂ ਆਉਂਦੀਆਂ ਜਾਂ ਪਰਾਲੀ ਗੱਲਣ ਵਾਲੀਆਂ ਜਾਂ ਹੋਰ ਫੰਗੀ ਸਾਈਡ ਪੈਸਟੀਸਾਈਡ ਆਉਂਦੇ ਆ ਉਹਨਾਂ ਦੇ ਚਾਂਸੇ ਤੋਂ ਬਚੋ ਤੇ ਆਪਣੀ ਨਜਾਇਜ਼ ਹੋਰ ਹੀ ਲੁੱਟ ਤੋਂ ਵੀ ਬਚੋ ਮੇਨ ਗੱਲ ਆਪਾਂ ਕੁਐਸਚਨ ਪੁੱਛਣੇ ਹੁੰਦੇ ਆਪਣੇ ਪ੍ਰਸ਼ਨ ਲੈ ਕੇ ਆਇਆ ਕਰੋ ਕਿ ਸਾਡੇ ਜੀ ਅਸੀਂ ਪਿਛਲੇ ਸਾਲ ਕਣਕ ਬੀਜ ਰਹੇ ਹਾਂ ਹਰੇਕ ਸਪਰੇਅ ਕਰਕੇ ਦੇਖ ਲਈਆ ਹਰੇਕ ਢੰਗ ਪਣਾ ਕੇ ਦੇਖ ਲਿਆ ਗੁੱਲੀ ਡੰਡਾ ਫਿਰ ਵੀ ਨਹੀਂ ਮਰਿਆ ਜਾਂ ਅਸੀਂ ਸਿੱਧੀ ਬਜਾਈ ਕੀਤੀ ਸੀ ਝੋਨੇ ਦੀ ਸਿੱਧੀ ਬਜਾਈ ਵਾਲਾ ਝੋਨਾ ਕਾਮਯਾਬ ਨਹੀਂਗਾ ਜਾਂ ਅਸੀਂ ਪਿਛਲੇ ਸਾਲ ਪ੍ਰਾੜੀ ਖੇਤ ਦੇ ਵਿੱਚ ਵਾਈ ਸੀਗੀ ਜਿਸ ਦੇ ਨਾਲ ਜਾਦੇ ਬਿਮਾਰੀਆਂਾਂ ਗਾ ਜਾਦੇ ਕੀੜੇ ਮਾਰੇ ਪਏ ਉਹ ਤੁਸੀਂ ਇਹੋ ਜੀਆਂ ਆਪਦੀਆਂ ਸਮੱਸਿਆਵਾਂ ਲੈ ਕੇ ਆਇਆ ਕਰੋ ਤੇ ਉਹਨਾਂ ਦੇ ਹੱਲ ਇੱਥੇ ਖੇਤੀ ਮਾਹਰਾਂ ਤੋਂ ਪੁੱਛਿਆ ਕਰੋ ਸਾਰੇ ਖੇਤੀ ਮਾਹਰ ਮੇਲੇ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਹੁੰਦੇ ਆ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਆਪਣੇ ਆਪਣੇ ਪ੍ਰਸ਼ਨ ਲੈ ਕੇ ਆਇਆ ਕਰੋ ਤੇ ਉਹਨਾਂ ਦੇ ਉੱਤਰ ਉਹਨਾਂ ਤੋਂ ਲੈ ਕੇ ਜਾਇਆ ਕਰੋ ਹੋਰ ਕਿਸਾਨ ਵੀਰ ਜਿਨ੍ਹਾਂ ਨੇ ਆਪਣਾ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰ ਲੈਣ